ਕਿਸਾਨ ਵੀਰੋ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਆ ਕਿ ਕਣਕ ਦੀਆਂ ਜਿਆਦਾ ਟਾਈਮ ਲੈਣ ਵਾਲੀਆਂ ਕਿਸਮਾਂ ਜਿਨ੍ਹਾਂ ਨੂੰ ਕਿ ਆਪਾਂ ਅਗੇਤੀਆਂ ਕਿਸਮਾਂ ਕਹਿੰਦੇ ਆ ਇਹਨਾਂ ਕਿਸਮਾਂ ਦੇ ਲਈ ਟੁਕਮਾ ਸਮਾਂ ਨਵੰਬਰ ਦਾ ਪਹਿਲਾ 15ਵਾਂ ਦਾ ਜਿਹਨੂੰ ਆਪਾਂ ਕਹਿ ਸਕਦੇ ਆ ਕਿ 15 ਨਵੰਬਰ ਤੱਕ ਬਜਾਈ ਦਾ ਬਿਲਕੁਲ ਸਹੀ ਟਾਈਮ ਹੈ ਵੈਸੇ ਤਾਂ ਇਹ ਕਿਸਮਾਂ ਅਕਤੂਬਰ ਦੇ ਅਖੀਰਲੇ ਹਫਤੇ ਤੋਂ ਨਵੰਬਰ ਦੇ ਅਖੀਰਲੇ ਹਫਤੇ ਤੱਕ ਆਪਾਂ ਵੀ ਸਕਦੇ ਹਾਂ ਪਰੰਤੂ ਜੋ ਬੈਸਟ ਟਾਈਮ ਹੈਗਾ ਜਿੱਥੇ ਵੱਧ ਝਾੜ ਦਿੰਦੀਆਂ ਉਹ ਟਾਈਮ ਹੈਗਾ 15 ਨਵੰਬਰ ਤੱਕ ਹੁਣ ਦੂਸਰੇ ਪਾਸੇ ਜਿਹੜਾ ਹੈਗਾ ਇਹਨਾਂ ਕਿਸਮਾਂ ਨੂੰ ਅਸੀਂ ਆਰਾਮ ਦੇ ਨਾਲ 20 ਨਵੰਬਰ ਤੱਕ ਵੀ ਸਕਦੇ ਹਾਂ ਜਿਆਦਾ ਕੋਈ ਅਸਰ ਨਹੀਂ ਹੁੰਦਾ ਪਰੰਤੂ ਜਿਵੇਂ ਹੀ ਤੁਸੀਂ ਇਹ ਟੁਕਮੇ ਟਾਈਮ ਤੋਂ ਪਛਾਣ ਨੂੰ ਚੱਲਣਾ ਸ਼ੁਰੂ ਕਰਦੇ ਹੋ ਤਾਂ ਉਸ ਟਾਈਮ ਤੇ ਜਿਹੜਾ ਹੈਗਾ ਇਹਨਾਂ ਕਿਸਮਾਂ ਦਾ ਪ੍ਰਤੀ ਕਿੱਲਾ ਪ੍ਰਤੀ ਹਫਤਾ ਲਗਭਗ ਡੇਢ ਕੁਆਂਟਲ ਝਾੜ ਘਟਨਾ ਸ਼ੁਰੂ ਹੋ ਜਾਂਦਾ ਹੈ। ਸ਼ੁਰੂਆਤੀ ਦੌਰ ਦੇ ਵਿੱਚ ਅਸੀਂ ਇਹ ਥੋੜੇ ਜਿਹੇ ਦਿਨਾਂ ਦੀ ਲੇਟ ਬਜਾਈ ਨੂੰ ਦੂਰ ਕਰਨ ਵਾਸਤੇ ਅਸੀਂ ਬੀਜ ਦੀ ਮਾਤਰਾ ਥੋੜੀ ਵਧਾ ਸਕਦੇ ਹਾਂ। ਪਰੰਤੂ ਜਿਵੇਂ ਅਸੀਂ ਜ਼ਿਆਦਾ ਪਛੇਤੇ ਹੁੰਨੇ ਆ ਤਾਂ ਉਸ ਟਾਈਮ ਤੇ ਅਸੀਂ ਜਿਹੜਾ ਹੈਗਾ ਲੰਮੇ ਟਾਈਮ ਵਾਲੀਆਂ ਅਗੇਤੀਆਂ ਕਿਸਮਾਂ ਦੀ بجائے ਅਸੀਂ ਦੂਸਰੀਆਂ ਕਿਸਮਾਂ ਨਹੀਂ ਜੇ ਮੁੜਾਂਗੇ ਤਾਂ ਜ਼ਿਆਦਾ ਵਧੀਆ ਨਹੀਂ ਤਾਂ ਸਾਡੇ ਝਾੜ ਦਾ ਨੁਕਸਾਨ ਹੋ ਸਕਦਾ ਹੈ ਸਾਡੇ ਕੋਲੇ HD 30 86 ਕਿਸਮ ਹੈ ਜਿਹੜੇ ਕਿ ਕਿਸਾਨਾਂ ਦੇ ਤਜਰਬੇ ਦੇ ਅਨੁਸਾਰ ਇਹਨੂੰ ਅਸੀਂ 30 ਨਵੰਬਰ ਤੱਕ ਵੇਚ ਸਕਦੇ ਹਾਂ ਤਾਂ ਇਹਦਾ ਝਾੜ ਬਹੁਤ ਵਧੀਆ ਆਉਂਦਾ 30 ਨਵੰਬਰ ਤੱਕ ਵਿਜਨ ਦੇ ਲਈ ਤੁਹਾਡੇ ਕੋਲੇ ਉਨਤ 550 ਕਿਸਮ ਹੈ 30 ਨਵੰਬਰ ਜਾਂ ਦਸੰਬਰ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਬੀਜਣਾਸਤੇ ਤੁਹਾਡੇ ਕੋਲੇ DBW 173 ਕਿਸਮ ਜਿਹੜੀ ਹੈਗੀ ਐ ਇਹ ਬਹੁਤ ਵਧੀਆ ਕਿਸਮ ਹੈ। ਸ਼੍ਰੀ ਰਾਮ 252 ਜਿਹਨੂੰ ਤੁਸੀਂ 15 ਨਵੰਬਰ ਤੋਂ ਸ਼ੁਰੂ ਕਰਕੇ ਦਸੰਬਰ ਤੱਕ ਲਿਆ ਸਕਦੇ ਹੋ ਬਹੁਤ ਵਧੀਆ ਝਾੜ ਦਿੰਦੀ ਐ। HD 2852 ਕਿਸਮ ਐ। ਇਹ S ਕਿਸਮ ਨੂੰ ਵੀ ਅਸੀਂ ਜਿਹੜਾ ਹੈਗਾ ਇਹ ਨਵੰਬਰ ਦੇ ਅਖੀਰਲੇ ਹਫ਼ਤਿਆਂ ਤੋਂ ਲੈ ਕੇ ਦਸੰਬਰ ਦੇ ਸ਼ੁਰੂਆਤ ਤੱਕ ਇਸ ਨੂੰ ਵੀੀ ਸਕਦੇ ਹਾਂ ਜੇਕਰ ਅਸੀਂ ਪੂਰੇ ਦਸੰਬਰ ਮਹੀਨੇ ਦੇ ਵਿੱਚ ਕੋਈ ਕਿਸਮ ਵੇਚਣੀ ਚਾਹੁੰਦੇ ਹਾਂ ਮੰਨ ਲਓ ਕਿ ਕੁਝ ਕਿਸਾਨ ਵੀਰਾਂ ਨੇ ਆਲੂ ਵਿਜੇ ਆਲੂ ਦੀ ਕੱਚੀ ਫਟਾਈ ਕਰਕੇ ਉਸ ਤੋਂ ਬਾਅਦ ਚਾਨਕ ਲਗਾਉਣੀ ਹੈ ਤੇ ਉਹਨਾਂ ਲਈ ਪੀਬੀਡਬਲਯੂ 658 ਪੀਬੀਡਬਲਯੂ 590 ਇਹ ਦੋ ਬੈਸਟ ਕਿਸਮਾਂ ਹੈ ਬਹੁਤ ਵਧੀਆ ਝਾੜ ਦਿੰਦੀਆਂ हां एक चीज ਦਾ ਧਿਆਨ ਰੱਖਣਾ ਹੈ ਕਿ ਉਨਤ 550 ਜਾਂ PBW 550 ਕਿਸਮ ਜਿਹੜੀ ਕਣਕ ਦੀ ਹੈ ਤੇ HD 2851 ਇਹਨਾਂ ਦੀ ਜਿਹੜਾ ਬੀਜ ਦੀ ਮਾਤਰਾ ਉਹ ਵੱਧ ਵਰਤਣੀ ਹੈ ਜੇਕਰ ਦੂਸਰਾ B 80 40 ਕਿਲੋ ਵਰਤਦੇ ਆ ਤਾਂ ਉਨਤ 550 PBW 550 ਇਹਨਾਂ ਦਾ 45 ਕਿਲੋਗ੍ਰam ਸੀਡ ਰੇਟ ਵਰਤੀਦਾ ਤੇ ਜੋ ਕਿਸਾਨ ਵੀ ਪਿਛਲੇ ਕਈ ਸਾਲਾਂ ਤੋਂ 2851 ਵਰਤ ਰਹੇ ਆ ਉਹ ਇਹਦਾ ਬੀਜ ਪ੍ਰਤੀ ਕਿੱਲਾ 50 ਕਿਲੋ ਤੋਂ ਉੱਪਰ ਪਾ ਕੇ ਬਹੁਤ ਵਧੀਆ ਝਾੜ ਲੈ ਰਹੇ ਆ। ਤੇ ਕਿਸਾਨ ਵੀਰੋ ਅੱਗੇ ਤੇ ਟਾਈਮ ਵਾਲੀਆਂ ਵੱਧ ਟਾਈਮ ਲੈਣ ਵਾਲੀਆਂ ਜਿਹੜੀਆਂ ਕਿਸਮਾਂ ਸੀ ਆ ਉਹਨਾਂ ਨੂੰ ਤੁਸੀਂ ਜੋ ਮੇਰੇ ਕਿਸਾਨਾਂ ਦਾ ਐਕਸਪੀਰੀਅੰਸ ਹੈਗਾ ਉਸ ਹਿਸਾਬ ਦੇ ਨਾਲ ਤੁਸੀਂ 20 ਨਵੰਬਰ ਤੱਕ ਇਹ ਲੈ ਕੇ ਜਾਓ ਇਸ ਤੋਂ ਬਾਅਦ ਦੇ ਵਿੱਚ ਉਹਨਾਂ ਵੈਰੈਟੀਆਂ ਨੂੰ ਨਾ ਵਿਜੋ ਤੇ ਇਹ ਜੋ ਵੈਰੈਟੀਆਂ ਦੀ ਇਹਨੇ ਆਪਾਂ ਹੁਣੇ ਗੱਲ ਕੀਤੀ ਹੈ ਇਹ ਇਹਨਾਂ ਦੀ ਆਪਾਂ ਬਜਾਈ ਕਰਾਂਗੇ ਤਾਂ ਇਹਦੇ ਨਾਲ ਝਾੜ ਵਧੀਆ ਮਿਲ ਜਾਂਦਾ। ਏ ਤੁਸੀਂ ਇਹ ਦਸੰਬਰ ਦੇ ਵਿੱਚ ਵਿਜਨ ਦੇ ਲਈ ਮੈਂ ਫਿਰ ਕਹਨਾ ਕਿ ਪੀਬੀਡਬਲਯੂ 658 ਪੀਬੀਡਬਲਯੂ 590 ਸ਼੍ਰੀਰਾਮ 252 30 ਨਵੰਬਰ ਤੱਕ ਤੁਹਾਡੇ ਕੋਲੇ ਐਚਡੀ 3086 ਹੈ ਉਨਤ 550 ਹੈ ਪੀਬੀਡਬਲਯੂ 550 ਹੈ ਇਹ ਕਿਸਮਾਂ ਤੁਸੀਂ ਵੇਚ ਸਕਦੇ ਹੋ ਨਵੰਬਰ ਦੇ ਪਹਿਲੇ ਹਫਤੇ ਦੇ ਵਿੱਚ ਤੁਸੀਂ ਮਾਫ ਕਰਨਾ ਦਸੰਬਰ ਦੇ ਪਹਿਲੇ ਹਫਤੇ ਤੇ ਨਵੰਬਰ ਦੇ ਅਖੀਰਲੇ ਹਫਤੇ ਡੀਬੀਡਬਲਯੂ 173 ਕਿਸਮ ਹੈਗੀ ਹੈ ਤੇ 28 5 ਜ ਵੀ ਇਸੇ ਟਾਈਮ ਤੇ ਵੀ ਸਕਦੇ ਆ ਕਿਸਾਨ ਵੀਰੋ ਇੱਕ ਚੀਜ਼ ਹੋਰ ਹੈ ਕਿ ਜਿਵੇਂ ਜਿਵੇਂ ਤੁਸੀਂ ਦਸੰਬਰ ਵਾਲੇ ਪਾਸੇ ਨੂੰ ਵਧਦੇ ਹੋ ਤਾਂ ਕਣਕ ਦੇ ਜਿਹੜੇ ਉੱਗਣ ਦੇ ਵਿੱਚ ਦਿੱਕਤ ਹੋਣੀ ਸ਼ੁਰੂ ਹੋ ਜਾਂਦੀ ਹੈ ਜਰਮੀਨੇਸ਼ਨ ਪੂਰਾ ਸਹੀ ਨਹੀਂ ਹੁੰਦਾ ਜਾਂ ਕਣਕ ਜਿਹੜਾ ਹੈ ਕਈ-ਕਈ ਦਿਨ ਉਗਦੀ ਨਹੀਂ ਤਾਂ ਉਸ ਦਿੱਕਤ ਨੂੰ ਦੂਰ ਕਰਨ ਵਾਸਤੇ ਵਧੀਆ ਤਰੀਕਾ ਇਹ ਹੈਗਾ ਕਿ ਕਣਕ ਦੇ ਬੀਜ ਨੂੰ 4 ਤੋਂ 6 ਘੰਟੇ ਤੱਕ ਪਾਣੀ ਦੇ ਵਿੱਚ ਭਿਉਂਦੇਓ ਉਸ ਤੋਂ ਬਾਅਦ ਚ ਉਹਨੂੰ 24 ਘੰਟੇ ਛਾਵੇਂ ਖਿਲਾਰ ਕੇ ਸੁਕਾ ਲਵੋ ਫੇਰ ਉਸ ਨੂੰ ਖੇਤ ਦੇ ਵਿੱਚ ਪੀਜੋ ਇੱਕ ਤਾਂ ਕਣਕ 2 ਤੋਂ 3 ਦਿਨ ਪਹਿਲਾਂ ਉੱਗੇਗੀ ਦੂਸਰਾ ਉਹਦਾ ਜਰਮੀਨੇਸ਼ਨ ਬਹੁਤ ਵਧੀਆ ਹੋਏਗਾ ਕਣਕ ਬਹੁਤ ਵਧੀਆ ਉੱਗੇਗੀ ਯੂਨੀਵਰਸਿਟੀ ਦੇ ਅਨੁਸਾਰ ਸਾਨੂੰ ਯੂਰੀਆ ਦੀ 1 3ਾਈ ਮਾਤਰਾ ਕਣਕ ਦੀ ਬਜਾਈ ਤੋਂ ਪਹਿਲਾਂ ਪਾਉਣੀ ਚਾਹੀਦੀ ਹੈ ਲੇਕਿਨ ਕਿਸਾਨ ਵੀਰ ਬਹੁਤੇ ਕਿਸਾਨ ਵੀਰ ਇਸ ਪ੍ਰੈਕਟਿਸ ਨੂੰ ਨਹੀਂ ਅਪਣਾ ਰਹੇ ਪਰੰਤੂ ਕਿਸਾਨ ਵੀਰ ਜੋ ਪਛੇਤੀ ਕਣਕ ਹੈ ਉਹਦੇ ਵਿੱਚ ਤੁਸੀਂ ਯੂਰੀਆ ਕਣਕ ਬੀਜਣ ਤੋਂ ਪਹਿਲਾਂ ਛਿੱਟਾ ਜ਼ਰੂਰ ਦੇਣਾ ਤਾਂ ਉਹ ਵੀ ਜਿਹੜਾ ਹੈਗਾ ਕਣਕ ਦੇ ਜਲਦੀ ਉੱਗਣ ਦੇ ਵਿੱਚ ਤੇ ਜਲਦੀ ਵਾਧੇ ਦੇ ਵਿੱਚ ਕਾਫੀ ਜ਼ਿਆਦਾ ਸਹਾਇਕ ਹੁੰਦਾ ਹੈ ਉਮੀਦ ਕਰਦਾ ਹਾਂ ਕਿ ਇਹ ਜਾਣਕਾਰੀ ਤੁਹਾਡੇ ਕੰਮ ਆਈ ਹੋਵੇਗੀ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਹਰਬਾਨੀ